ਇਸ ਖਿਡੌਣੇ ਦਾ ਸਭ ਤੋਂ ਰੌਚਕ ਭਾਗ ਤਾਰ ਤੋਂ ਬਣਿਆ ਕ੍ਰੈਂਕ ਨਹੀਂ ਹੈ ਪਰ ਕਨੈਕਟਿੰਗ ਰੌਡ ਹੈ ਜੋ ਕਿ ਸਖ਼ਤ ਪਲਾਸਟਿਕ ਦੇ ਰਿਫਿਲ ਦੇ ਦੋ ਵਿਰੋਧੀ ਕੋਨੇ ਕੱਟ ਕੇ ਬਣਿਆ ਹੈ। ਇਹ ਕੱਟ ਰਿਫਿਲ ਨੂੰ ਉੱਪਰ ਅਤੇ ਥੱਲੇ ਜਾਂਦੇ ਸਮੇਂ ਮੁੜਨ ਦੇ ਸਮਰੱਥ ਬਣਾਉਂਦਾ ਹੈ। ਬੋਤਲ ਦੇ ਢੱਕਣ ਵਿੱਚ ਚਿੱਟੀ ਸਟਰੋ ਦਾ ਪੀਸ ਪਾ ਦਿਓ। ਇਹ ਸਟਰੋ ਪੀਸ ਰਿਫਿਲ ਦੇ ਲਈ ਬੇਅਰਿੰਗ ਦਾ ਕੰਮ ਕਰੇਗਾ। ਫਿਰ ਢੱਕਣ ਉੱਪਰ ਯੂ ਦੀ ਸ਼ਕਲ ਦੀ ਪਲਾਸਟਿਕ ਸਟ੍ਰਿਪ ਲਗਾ ਦਿਓ। ਇਸ ਸਟ੍ਰਿਪ ਦੇ ਕੋਨੇ ਸਟੋਪਰ ਦੀ ਤਰ੍ਹਾਂ ਕੰਮ ਕਰਨਗੇ। ਫਿਰ ਰੰਗਦਾਰ ਤਿੱਤਲੀ ਬਣਾਓ। ਤਿੱਤਲੀ ਦੇ ਥੱਲੇ ਪਤਲੀ ਕਾਗਜ਼ ਦੀ ਸਟ੍ਰਿਪ ਹੈ, ਰਿਫਿਲ ਵਿੱਚ ਇਹ ਸਟ੍ਰਿਪ ਪਾ ਦਿਓ। ਤਿੱਤਲੀ ਦੇ ਖੰਭ ਪਲਾਸਟਿਕ ਸਟ੍ਰਿਪ ਦੇ ਕੋਨਿਆਂ ਦੇ ਹੋਣਗੇ। ਇਸ ਡਾਇਗ੍ਰਾਮ ਦੇ ਵਿੱਚ ਤੁਸੀਂ ਸਾਰਾ ਸਮਾਨ ਦੇਖ ਸਕਦੇ ਹੋ। ਜਦੋਂ ਤੁਸੀਂ ਤਾਰ ਦੇ ਕ੍ਰੈਂਕ ਨੂੰ ਘੁਮਾਓਗੇ ਤਾਂ ਕਨੈਕਟਿੰਗ ਰੌਡ ਵਾਲਾ ਰਿਫਿਲ ਉੱਪਰ ਅਤੇ ਥੱਲੇ ਹਿੱਲੇਗਾ ਅਤੇ ਤਿੱਤਲੀ ਆਪਣੇ ਖੰਭ ਹਿਲਾਵੇਗੀ। ਤੁਸੀਂ ਤਿੱਤਲੀ ਨੂੰ ਉੱਪਰੋਂ ਅਤੇ ਕ੍ਰੈਂਕ ਨੂੰ ਥੱਲਿਓਂ ਦੇਖ ਸਕਦੇ ਹੋ। ਤਿੱਤਲੀ ਦੀ ਬਜਾਏ ਤੁਸੀਂ ਤਾਰ ਚੱਕਦੇ ਦੋ ਬੰਦੇ ਵੀ ਦਿਖਾ ਸਕਦੇ ਹੋ।